ਜਿਹੜੇ ਕਾਫੀ ਲੰਬੇ ਸਮੇਂ ਤੋਂ ਰੁਕੇ ਹੋਏ ਸੀਗੇ, ਪਿਛਲੀਆਂ ਸਰਕਾਰਾਂ ਨੇ ਵਿਕਾਸ ਕਾਰਜਾਂ ਪ੍ਰਤੀ ਕੋਈ ਵੀ ਮਤਲਬ ਉਹਨਾਂ ਦਾ ਨਜ਼ਰੀਆ ਵਧੀਆ ਨਹੀਂ ਸੀਗਾ। ਜਿਹੜੇ ਕੰਮਕਾਰ ਰੁਕੇ ਹੋਏ ਸੀ, ਜਿਹੜੀਆਂ ਸ਼ਹਿਰ ਦੇ ਲੋਕਾਂ ਦੀਆਂ ਮੰਗਾਂ ਸੀਗੀਆਂ, ਮੇਨਲੀ ਤਾਂ ਮੰਗ ਸੀਗੀ ਜਿਹੜੀ ਸੂਆ ਕਵਰ ਕਰਨ ਦੀ, ਜਿਹੜੇ ਸੂਏ ਕਰਕੇ ਗੰਦਗੀ ਜਿਹੜੀ ਆਲੇ ਦੁਆਲੇ ਫੈਲੀ ਹੋਈ ਸੀਗੀ, ਅਤੇ ਡਰੇਨ ਜਿਹੜਾ ਸੀਗਾ ਏਰੀਆ ਉਹ ਬਿਲਕੁਲ ਹੀ ਗੰਦਗੀ ਪਾਣੀ ਨਾਲ ਭਰ ਕੇ ਉੱਥੇ ਬੜੀਆਂ ਸਾਰੀਆਂ ਬਿਮਾਰੀਆਂ ਦਾ ਵੀ ਘਰ ਬਣਿਆ ਹੋਇਆ ਸੀਗਾ। ਸੋ ਮਾਨ ਸਰਕਾਰ ਦੀ ਦੇਣ ਸਦਕਾ ਉਹ ਇਹ ਏਰੀਏ ਨੂੰ ਪੂਰਾ ਕਵਰ ਕਰ ਰਹੇ ਹਾਂ ਜੀ ਸੂਏ ਨੂੰ, ਅਤੇ ਏਰੀਏ ਦਾ ਕਲੀਨਿੰਗਨੈਸ ਲਈ ਅਵੇਅਰਨੈਸ ਲਈ ਵੀ ਲੋਕਾਂ ਨੂੰ ਦੱਸ ਰਹੇ ਹਾਂ। ਸੋ ਇੱਕ ਬੁਗਰਾ ਜਿਹੜਾ ਪਾਰਕ ਹੈ ਇਹਦੀ ਵੀ ਫੈਂਸਿੰਗ ਲਈ ਸਰਕਾਰ ਵੱਲੋਂ 50 ਲੱਖ ਰੁਪਇਆ ਜਿਹੜੀ ਆਊਟਰ ਕਵਰਿੰਗ ਹੈ ਉਹਦੇ ਲਈ ਵੀ ਮੁਹੱਈਆ ਕਰਾਇਆ ਗਿਆ। ਸੋ ਇਹੋ ਜਿਹੇ ਕੰਮ ਚੱਲ ਰਹੇ ਨੇ। ਇੱਕ ਬੱਬਨਪੁਰ ਜਿਹੜਾ ਇੱਕ ਰੈਸਟ ਹਾਊਸ ਹੈ ਪੁਰਾਣਾ, ਜਿਹੜਾ ਹੈਰੀਟੇਜ ਪ੍ਰੋਪਰਟੀ ਇੱਕ ਹਿਸਾਬ ਦੀ ਗਵਰਨਮੈਂਟ ਲਈ, ਸੋ ਉਹ ਵੀ ਖੰਡਰ ਬਣਿਆ ਹੋਇਆ ਸੀ, ਉਹਦੇ ਲਈ ਵੀ ਸਰਕਾਰ ਨੇ 94 ਲੱਖ ਰੁਪਇਆ ਸੈਂਕਸ਼ਨ ਕਰਿਆ। ਸੋ ਧੂਰੀ ਦੇ ਕੰਮਾਂ 'ਚ ਕੋਈ ਵਿਘਨ ਨਹੀਂ ਪੈ ਰਿਹਾ ਅਤੇ ਮੈਨੂੰ ਲੱਗਦਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਨੇ, ਅਤੇ ਇੱਦਾਂ ਹੀ ਚੱਲਦੇ ਰਹਿਣਗੇ ਅੱਗੋਂ ਜੀ। ਸੰਗਰੂਰ ਵਾਲੀ ਕੋਠੀ 'ਤੇ ਇੱਕ ਭਲਵਾਨ ਅੱਡੇ ਅੱਜ ਜਾ ਕੇ ਦੌਰਾ, ਉੱਥੇ ਵੀ ਕੋਈ ਨਵੀਂ ਦੇਖੋ, ਜਿਹੜੀ ਜਿਹੜੀ ਲੋਕਾਂ ਦੀਆਂ ਮੰਗਾਂ ਨੇ ਜੀ, ਲੋਕ ਮੰਗ ਕਰਦੇ ਨੇ ਕਿ ਏਰੀਏ ਲਈ, ਡਿਵੈਲਪਮੈਂਟ ਲਈ, ਅਤੇ ਜਿਵੇਂ ਵੀ ਹੋਰ ਵੀ ਮੰਗਾਂ ਨੇ, ਅਤੇ ਉਹਨਾਂ ਨੂੰ ਸੁਣ ਰਹੇ ਹਾਂ, ਅਤੇ ਜਿਹੜੀ ਵੀ ਮੰਗ ਪੂਰੀ ਹੋ ਸਕਦੀ ਹੈ ਸਰਕਾਰ ਤੱਕ ਆਪਾਂ ਪਹੁੰਚਾ ਰਹੇ ਹਾਂ, ਅਤੇ ਉੱਥੇ ਜ਼ਰੂਰ ਕੋਈ ਨਾ ਕੋਈ ਨਵੀਆਂ ਚੀਜ਼ਾਂ ਬਣਾ ਕੇ ਅਤੇ ਲੋਕਾਂ ਨੂੰ ਮੁਹੱਈਆ ਕਰਿਆਂਗਾ। ਡਾਕਟਰ ਸਾਹਿਬ ਨੇ ਝੂਰੀ ਹਲਕੇ ਦਾ ਦੌਰਾ ਕੀਤਾ, ਸਾਡੇ ਬਹੁਤ ਹੀ ਹਰਮਨ ਪਿਆਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਧਰਮਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ, ਉਹਨਾਂ ਨੇ ਅੱਜ ਪੂਰੇ ਧੂਰੀ ਦੇ ਸ਼ਹਿਰ ਦਾ ਦੌਰਾ ਕੀਤਾ ਕਿ ਜਿੱਥੇ ਵੀ ਕਿਤੇ ਕੋਈ ਪਾਰਕ, ਕੋਈ ਕਮਿਊਨਿਟੀ ਸੈਂਟਰ, ਕੋਈ ਖੇਡ ਗਰਾਊਂਡ ਬਣਾਉਣ ਲਈ ਉਹਨਾਂ ਨੇ ਜੋ ਉਪਰਾਲੇ ਕੀਤੇ ਨੇ, ਵੱਖ ਵੱਖ ਜਗ੍ਹਾ 'ਤੇ ਜਾ ਕੇ ਉਹਨਾਂ ਦੇ ਜਾਇਜ਼ੇ ਲਏ ਨੇ, ਅਤੇ ਆਹ ਤੁਸੀਂ ਦੇਖ ਹੀ ਰਹੇ ਹੋ ਕਿ ਜਗ੍ਹਾ ਦੀ ਚੋਣ ਕੀਤੀ ਹੈ, ਦੇਖ ਹੀ ਰਹੇ ਹੋ ਕਿ 32,76,00,000 ਦੀ ਲਾਗਤ ਦਾ ਜਿਹੜਾ ਸੂਆ, ਬੜੇ ਬੜਾ ਲੰਬੇ ਸਮੇਂ ਤੋਂ ਧੂਰੀ ਵਾਸੀਆਂ ਦੀ ਡਿਮਾਂਡ ਸੀਗੇ ਨੂੰ ਬੰਦ ਕਰਕੇ ਇੱਥੇ ਪੁਲ ਬਣਾਇਆ ਜਾਏ, ਉਹ ਸ਼ੁਰੂਆਤ ਹੋਈ ਹੈ। ਮੈਂ ਮੁਬਾਰਕਬਾਦ ਦਿੰਦਾ ਧੂਰੀ ਵਾਸੀਆਂ ਨੂੰ ਕਿ ਜਿਹੜੀ ਲੰਬੇ ਸਮੇਂ ਤੋਂ ਇੱਥੇ ਮੰਗ ਲੱਗਦੀ ਆ ਰਹੀ ਸੀ ਉਹਦੀ ਸ਼ੁਰੂਆਤ ਹੋਈ ਹੈ ਔਰ ਜਲਦੀ ਪੂਰਾ। ਚੇਅਰਮੈਨ ਸਾਹਿਬ, ਲੋਕਾਂ ਦੇ ਵਿੱਚ ਇਹ ਸੁਣਨ ਨੂੰ ਮਿਲ ਰਿਹਾ ਕਿ ਇੱਥੋਂ ਓਵਰ ਬ੍ਰਿਜ ਬਣਾਇਆ ਜਾਊਗਾ, ਇਹ ਸੱਚ ਹੈ ਗੱਲ ਕਿ ਝੂਠ ਹੈ? ਬਿਲਕੁਲ ਜੀ, ਇਹ ਪਹਿਲਾਂ ਇਹਨੂੰ ਸੁਬਾਹ ਢੱਕ ਕੇ ਉੱਪਰ ਇਹਦਾ ਉੱਥੇ ਅੱਗੇ ਜਾ ਕੇ ਓਵਰ ਬ੍ਰਿਜ ਬਣਾਇਆ। ਚੇਅਰਮੈਨ ਸਾਹਿਬ, ਇੱਕ 2 ਸਾਲ ਹੋ ਗਏ ਆਮ ਆਦਮੀ ਦੀ ਸਰਕਾਰ ਬਣੀ ਨੂੰ, ਪਰ ਜਿਹੜੇ ਧੂਰੀ ਨੂੰ ਮੇਨ ਸੜਕਾਂ ਜੋੜਦੀਆਂ ਨੇ ਕਿਸੇ ਵੀ ਪਾਸੇ ਆ ਜਾਓ, ਉਹ ਸਾਰੀਆਂ ਟੁੱਟੀਆਂ ਪਈਆਂ ਨੇ। ਤੁਸੀਂ ਇਹ ਦੇਖਿਆ ਹੋ, ਤੁਸੀਂ ਗਏ ਹੋ ਕਿਤੇ ਧੋਬੀ ਘਾਟ ਕੋਲ, ਹੁਣ ਸੜਕ ਬਣੀ ਹੈ ਜੀ, ਨਵੀਂ ਬਣੀ ਹੈ, ਬਣੀ ਹੈ ਜੀ ਸੰਗਰੂਰ ਬਾਈਪਾਸ, ਆਪਾਂ ਗੱਲ ਕਰਦੇ ਹਾਂ ਜੀ ਸੰਗਰੂਰ ਬਾਈਪਾਸ ਦੀ, ਉਹ ਵੀ ਸ਼ੁਰੂਆਤ ਹੋ ਰਹੀ ਹੈ। 14 ਸੜਕਾਂ ਧੂਰੀ ਦੀਆਂ ਜਿਹੜੀਆਂ ਗੁਰਦਾਸਪੁਰ ਤੋਂ 18 ਫੁੱਟੀਆਂ ਬਣ ਰਹੀਆਂ ਨੇ, ਉਹਨਾਂ ਦੀ ਸ਼ੁਰੂਆਤ ਵੀ ਹੋਈ ਹੈ, ਭਾਵੇਂ ਉਹ ਮੀਮਸਾ ਹੋਏ, ਭਾਵੇਂ ਭਲਵਾਨਪੁਰ ਰੇਡ, ਸਾਰੇ ਧੂਰੀ ਦੇ ਵਿੱਚ ਜਿਹੜੀਆਂ ਸੜਕਾਂ ਭਾਜੀ ਖਾਲਸਾ ਜੀ ਯੋਜਨਾ ਵਾਲੇ ਪਾਸੇ ਚੰਗੀ ਗੱਲ।